अभी सुन रहे हो चावला न्यूज नेटवर्क टोरंटो CNN टोरंटो। किदा साहब साडे गुड मॉर्निंग तुहाडे गुड इवनिंग स्वागत है जिया नू सत श्री अकाल। सत श्री अकाल चावला साहब, सत श्री अकाल सारे दर्शकों श्रोतियों नू, तुहाडी गुड इवनिंग है जी। साडे गुड इवनिंग आ, तुहाडे गुड मॉर्निंग आ, साडे गुड मॉर्निंग आ सर, तुहाडे गुड इवनिंग। देखो जिहड़ी ना अपना कणकां दा वी काफी माड़ा हाल हैगा इस टाइम कणकां दा, क्योंकि इह समां हुंदा ना चावला साहिब जांदियां ने जी, बड़ा नुकसान हुंदा है। दाणा जदों पै रहा हुंदा, दाणा दाणे च ताकत आउंदी है, दाणा मोटा हुंदा इहनां दिनां दे विच। ਅੱਗੇ ਤਾਂ ਹੁਣ ਕਣਕ ਵੱਢੀ ਜਾਣੀ ਆ, ਤੇ ਉਹ ਕਣਕ ਪਾਣੀ ਦੇ ਮੀਂਹ ਦੇ ਪੈਣ ਨਾਲ ਨਾ ਕੁਝ ਥਾਵਾਂ ਦੇ ਗੜੇ ਪੈਣ ਨਾਲ ਕਣਕ ਡਿੱਗ ਪਈ ਆ। ਵੱਖ ਵੱਖ ਸੂਬਿਆਂ ਦੇ ਵਿੱਚ ਵੀ ਹੋਰ ਵੀ ਹੋਇਆ ਵਾ, ਬਾਹਰਲੇ ਸੂਬਿਆਂ 'ਚ ਵੀ ਹੋਰ ਸੂਬਿਆਂ 'ਚ ਵੀ ਅਸਲ 'ਚ ਇੱਕ ਕਮੇਟੀ ਬਣੀ ਸੀਗੀ ਕੇਂਦਰ ਸਰਕਾਰ ਦੀ, ਤੇ ਉਸ ਕਮੇਟੀ ਨੇ ਨਾ ਜੀ ਰਾਜਸਥਾਨ ਤੋਂ ਲੈ ਕੇ ਰਾਜਸਥਾਨ ਹਿਮਾਚਲ ਨਾ ਆਪਣਾ ਪੰਜਾਬ ਹਰਿਆਣਾ ਯੂਪੀ ਇਹਨਾਂ ਚਾਰ ਰਾਜਾਂ ਦੀ ਦੇਖਿਆ ਬਾਰਿਸ਼ ਦਾ ਮਾਹੌਲ, ਤੇ ਚਾਰ ਰਾਜਾਂ ਵਿੱਚੋਂ ਰਿਪੋਰਟ ਦਿੱਤੀ ਉਹਨੇ ਕਿ 3% ਦੇ ਕਰੀਬ ਕਣਕ ਦਾ ਨੁਕਸਾਨ ਹੋ ਗਿਆ। ਅਜੇ ਕਹਿੰਦੇ ਵੀ ਜੇਕਰ ਨਾ ਕਣਕ ਉੱਠੀ ਨਾ ਇਹਨੇ ਆਪਣਾ ਪਾਣੀ ਤੋਂ ਨਿਕਲੀ ਪਾਣੀ ਨਾ ਸੁੱਕਿਆ ਤਾਂ ਕਣਕ ਦਾ ਨੁਕਸਾਨ ਹੋਰ ਵੀ ਕਾਫੀ ਹੋ ਜਾਣਾ, ਕਿਉਂਕਿ ਮੀਂਹ ਜਿਵੇਂ ਕਹਿੰਦੇ ਹਾਂ ਜੀ ਪੱਕੀ ਫਸਲ ਤੇ ਬੱਦਲ ਜਿੰਦ ਕੱਢੇ ਜ਼ਿਮੀਦਾਰਾਂ ਦੀ, ਕਿਉਂਕਿ ਪੱਕੀ ਫਸਲ ਤੇ ਬੱਦਲ ਜਦੋਂ ਆਉਂਦਾ ਨਾ ਫਿਰ ਜ਼ਿਮੀਦਾਰਾਂ ਦੀ ਜਾਨ ਨਿਕਲਦੀ ਹੁੰਦੀ ਹੈ। ਇਹ ਤਾਂ ਸਹੀ ਗੱਲ ਆ ਕਿ ਕਣਕ ਦਾ ਝਾੜ ਤੇ ਉਹਦਾ ਦਾਣਾ ਮਾਜੂ ਹੋਣ ਦੀ ਸੰਭਾਵਨਾ ਬਣ ਗਈ ਚਾਵਲਾ ਸਾਹਿਬ। ਅਸੀਂ ਜਿੱਥੇ ਇਸ ਚੀਜ਼ ਨੂੰ ਲੈ ਕੇ ਚਿੰਤਾ ਦੇ ਵਿੱਚ ਹੁੰਦੇ ਹਾਂ ਕਿ ਫਸਲ ਬਰਬਾਦ ਹੋ ਗਈ, ਉੱਥੇ ਕੁਦਰਤ ਕਾਦਰ ਦੀ ਕੁਦਰਤ ਜਿਹੜੀ ਆ ਉਹ ਬੜੀ ਬਲਵਾਨ ਹੈ। ਇਹਨਾਂ ਝੱਖੜਾਂ ਦੇ ਵਿੱਚ ਕਹਿੰਦੇ ਇੱਕ ਪੱਥਰ ਦੇ ਵਿੱਚ ਜਿਹੜਾ ਕੀੜਾ ਵੱਸਦਾ ਉਹ ਵੀ ਰੱਬ ਨੂੰ ਪੁਕਾਰਦਾ ਕਿ ਮੈਨੂੰ ਭੁੱਖ ਲੱਗੀ ਹੈ, ਮੈਨੂੰ ਪਾਣੀ ਚਾਹੀਦਾ, ਮੈਨੂੰ ਦਾਣਾ ਚਾਹੀਦਾ, ਇਹ ਉੱਥੋਂ ਤੱਕ ਵੀ ਪਹੁੰਚ ਜਾਂਦਾ। ਖੈਰ ਇਹ ਉਹਦੀ ਕਾਦਰਤ ਦੀ ਜਿਹੜੀ ਹੈ ਕੁਦਰਤ ਦਾ ਰੰਗ ਹੈ। ਖਬਰ ਪਹਿਲੀ ਰਾਹੁਲ ਗਾਂਧੀ ਦੀ ਪਾਰਲੀਮੈਂਟ ਜਿਹੜੀ ਹੈ ਮੈਂਬਰਸ਼ਿਪ, ਕੱਲ ਹੀ ਪਤਾ ਲੱਗ ਗਿਆ ਸੀ ਵੀ ਤੁਸੀਂ ਕਹਿ ਸੀ ਕਿ ਨਵਜੋਤ ਸਿੱਧੂ ਵਾਲਾ ਮਸਲਾ ਹੈ ਜਿਹੜਾ, ਹਾਂਜੀ ਸਿਰੇ ਦੀ ਜਿੰਨੀ ਹੋ ਸਕਦੀ ਸੀ ਵੱਧ ਤੋਂ ਵੱਧ ਨੂੰ ਸਜ਼ਾ ਹੋਈ। ਹਾਲਾਂਕਿ ਇਹੋ ਜਿਹੇ ਬਿਆਨ ਰਾਜਨੀਤਿਕ ਲੋਕ ਪਹਿਲਾਂ ਵੀ ਬੜੇ ਦਾਗਦੇ ਰਹੇ ਨੇ ਤੇ ਅੱਗੇ ਵੀ ਦਾਗਣਗੇ। ਕਾਂਗਰਸ ਹਟਾਓ ਦੇਸ਼ ਬਚਾਓ ਦੇ ਨਾਅਰੇ ਲੱਗੇ ਸੀ, ਉਦੋਂ ਤੇ ਕੋਈ FIR ਦਰਜ ਨਹੀਂ ਹੋਈਆਂ। ਮੋਦੀ ਹਟਾਓ ਦੇਸ਼ ਬਚਾਓ ਤੇ FIR ਦਰਜ ਹੋਣੀ ਸ਼ੁਰੂ ਹੋ ਗਈਆਂ। ਰਾਹੁਲ ਗਾਂਧੀ ਹੁਣਾਂ ਨੇ ਜਿਹੜਾ ਬਿਆਨ ਦਿੱਤਾ, ਚਲੋ ਉਹ ਤੇ ਦੇਸ਼ ਦੇ ਕਾਨੂੰਨ ਦੇ ਮੁਤਾਬਕ ਸਜ਼ਾ ਹੋਈ, ਪਰ ਚੱਟ ਮੰਗਣੀ ਪੱਟ ਵਿਆਹ ਲੋਕ ਸਭਾ ਸਕੱਤਰ ਤੇ ਜਾਰੀ ਕੀਤਾ ਪੱਤਰ, ਲਾਲਾ ਲਾਲਾ ਹੋ ਰਹੀ ਹੈ, ਸ਼੍ਰੋਮਣੀ ਅਕਾਲੀ ਦਲ ਵੀ ਨਿੱਤਰ ਆਇਆ, ਕੇਜਰੀਵਾਲ ਵੀ ਨਿੱਤਰ ਆਇਆ ਰਾਹੁਲ ਦੇ ਹੱਕ ਦੇ ਵਿੱਚ। ਔਰ ਇਹ ਡਾਕਟਰ ਮਨਮੋਹਨ ਸਿੰਘ ਉਹਨਾਂ ਨੇ ਮੁੱਦਾ ਲਿਆਂਦਾ ਸੀਗਾ ਕਿ 5 ਸਾਲ ਤੱਕ ਦੀ ਸਜ਼ਾ ਦੇ ਮੁਤਾਬਕ ਵੀ ਕਿਸੇ ਦੀ ਮੈਂਬਰਸ਼ਿਪ ਜਿਹੜੀ ਆ ਪਾਰਲੀਮੈਂਟ ਦੀ ਰੱਦ ਨਾ ਹੋਵੇ, ਤਾਂ ਰਾਹੁਲ ਗਾਂਧੀ ਨੇ ਇਹ ਜਿਹੜਾ ਖਰੜਾ ਸੀ ਖੁਦ ਪਾੜਿਆ ਸੀਗਾ ਪਾਰਲੀਮੈਂਟ ਦੇ, ਤੁਹਾਨੂੰ ਯਾਦ ਹੋਊਗਾ ਸ਼ਾਇਦ। ਉਹ ਵਿਰੁੱਧ ਭੁਗਤੇ ਸੀ ਵੀ ਨਹੀਂ ਜੇ ਕੋਈ ਗੁਨਾਹਗਾਰ ਤੇ ਉਹਦੀ ਮੈਂਬਰਸ਼ਿਪ ਹੋਣੀ ਚਾਹੀਦੀ ਹੈ ਰੱਦ। ਖੈਰ ਅੱਜ ਉਹਨਾਂ ਨੂੰ ਇਹਦਾ ਸਾਹਮਣਾ ਕਰਨਾ ਪਿਆ ਤੇ ਬਹੁਤ ਸਾਰਿਆਂ ਹੋਰਨਾਂ ਨੂੰ ਵੀ ਸਾਹਮਣਾ ਕਰਨਾ ਪੈ ਸਕਦਾ। ਸੋ ਇਹੀ ਕਾਰਨ ਆ ਕਿ ਸ਼੍ਰੋਮਣੀ ਅਕਾਲੀ ਦਲ ਵੀ ਹੱਕ ਦੇ ਵਿੱਚ ਖੜ ਗਿਆ ਔਰ ਰਾਹੁਲ ਗਾਂਧੀ ਦੀ ਮੈਂਬਰਸ਼ਿਪ ਰੱਦ ਕਰਨ ਦੀ ਕਾਰਵਾਈ ਦੀ ਨਿੰਦਾ ਕੀਤੀ, ਕੇਜਰੀਵਾਲ ਵੀ ਕਰ ਰਿਹਾ, ਕਾਂਗਰਸ ਨੇ ਤੇ ਕਰਨਾ ਹੀ ਕਰਨਾ ਸੀ। ਕੀ ਕਹਿਣਾ ਚਾਹੋਗੇ ਚਾਵਲਾ ਸਾਹਿਬ? ਅਸਲ ਵਿੱਚ ਜਿਹੜਾ ਮਾਮਲਾ ਜੋ ਵਾਪਰਿਆ ਹੈਗਾ, ਆਪਾਂ ਨੇ ਦੇਖਿਆ ਕਿ ਕੱਲ੍ਹ ਵੀ ਆਪਾਂ ਖਬਰ ਚਰਚਾ ਕੀਤੀ ਸੀ ਕਿ 2 ਸਾਲ ਦੀ ਸਜ਼ਾ ਹੋਈ ਸੀਗੀ ਤੇ ਕੁਛ ਟਾਈਮ ਬਾਅਦ 30 ਦਿਨਾਂ ਦੀ ਮਿਲ ਗਈ ਸੀ ਇਹਨਾਂ ਨੂੰ ਤੇ ਉਹ ਜ਼ਮਾਨਤ ਹੋ ਗਈ ਸੀ। ਚਲੋ ਕਹਿੰਦੇ ਵੀ ਤੁਸੀਂ ਆਪਣਾ ਕੇਸ ਅੱਗੇ ਪਾ ਸਕਦੇ ਹੋ ਤੇ ਅੱਜ ਅਚਾਨਕ ਹੀ ਉਹਨਾਂ ਨੇ ਫਰਨ ਦੇ ਵਿੱਚ, ਵੈਸੇ ਇੱਦਾਂ ਨਹੀਂ ਹੁੰਦਾ ਹੁੰਦਾ ਕਦੇ ਵੀ, ਇੱਦਾਂ ਕਦੇ ਨਹੀਂ ਹੁੰਦਾ ਕਿ ਜਿਹੜਾ ਉਹ ਸੈਕਟਰੀ ਹੁੰਦਾ ਸਕੱਤਰ ਹੁੰਦਾ ਨਾ ਜੀ ਇਹਦਾ ਪਾਰਲੀਮੈਂਟ ਦਾ, ਤੇ ਉਹ ਸਕੱਤਰੇ ਵੱਲੋਂ ਨਾ ਜੀ ਇੰਨੀ ਜਲਦੀ ਕੋਈ ਵੀ ਕਦੇ ਮੈਂਬਰ ਪਾਰਲੀਮੈਂਟ ਵਾਸਤੇ ਫੈਸਲਾ ਨਹੀਂ ਹੁੰਦਾ, ਨਾ ਕਦੇ ਹੋਇਆ ਪਹਿਲਾਂ ਇੱਦਾਂ ਭਾਰਤੀ ਇਤਿਹਾਸ ਵਿੱਚ। ਤੇ ਨਵਾਂ ਫੈਸਲਾ ਆਇਆ ਕਿ ਉਹਨਾਂ ਤੁਰੰਤ ਹੀ ਲੈਟਰ ਜਾਰੀ ਕਰਤਾ ਅੱਜ 12:30 ਵਜੇ ਤੇ ਰਾਹੁਲ ਗਾਂਧੀ ਦੀ ਮੈਂਬਰਸ਼ਿਪ ਜਿਹੜੀ ਹੈਗੀ ਆ ਉਹ ਪਾਰਲੀਮੈਂਟ ਦੀ ਖਤਮ ਕਰ ਦਿੱਤੀ ਹੈ। ਤੇ ਇਸ ਸੰਦਰਭ ਦੇ ਵਿੱਚ ਕਾਫੀ ਮੀਡੀਆ ਵਾਲੇ ਬੰਦੇ ਬੋਲੀ ਜਾਂਦੇ ਆ, ਰਵੀਸ਼ ਕੁਮਾਰ ਬੋਲੀ ਜਾਂਦਾ ਤੇ ਹੋਰ ਜਿਹੜੇ ਪ੍ਰਸੰਨ ਵਾਜਪਾਈ ਹੈਗੇ ਆ ਉਹ ਤੇ ਹੋਰ ਵੀ ਕਈ ਸਾਰੇ ਪੱਤਰਕਾਰ ਹੈਗੇ ਜਿਹੜੇ ਕਿ ਮੇਨ ਸਟ੍ਰੀਮ ਮੀਡੀਆ ਤੋਂ ਹਟ ਕੇ ਯੂਟਿਊਬ ਬਣ ਗਏ ਆ, ਉਹ ਇਸ ਗੱਲ ਨੂੰ ਲੈ ਕੇ ਬੜੇ ਚਿੰਤਤ ਹੈਗੇ ਆ ਕਿ ਲੋਕਤੰਤਰ ਦੇ ਵਿੱਚ ਇੱਦਾਂ ਨਹੀਂ ਹੋਣਾ ਚਾਹੀਦਾ।
डेमोक्रेटिक सिस्टम हैगा उन्हों टाइम दिंदे तुसी कि भाई तू हाई कोर्ट भी चल जा तू अगे अपील पा ला जे हाई कोर्ट विच हुण जे जाऊगा मामला है उत्थे ਤਾਂ ਉਹ ਜਿਹੜਾ ਹਾਈ ਕੋਰਟ ਦੇ ਵਿੱਚ ਟਿਕਣਾ ਨਹੀਂ ਮਾਮਲਾ ਇਹਨਾਂ ਨੇ ਮੈਂਬਰਸ਼ਿਪ ਜਿਹੜੀ ਉਹ ਬਾਹਰ ਕਰ ਦੇਣੀ ਸੀ ਮੇਰਾ ਖਿਆਲ ਆ ਜਿੰਨਾ ਕਿ ਮੈਂ ਪੜ੍ਹਿਆ ਹੈਗਾ ਬੇਸ਼ੱਕ ਸੁਪਰੀਮ ਕੋਰਟ ਨੇ 11 ਜੁਲਾਈ 2013 ਨੂੰ ਫੈਸਲਾ ਕੀਤਾ ਸੀਗਾ ਕਿ ਜੇ ਕਿਸੇ ਬੰਦੇ ਨੂੰ 2 ਸਾਲ ਸਜ਼ਾ ਹੋ ਜਾਵੇ ਤਾਂ ਉਹਦੀ ਮੈਂਬਰਸ਼ਿਪ ਆਟੋਮੈਟਿਕਲੀ ਰੱਦ ਹੋਣੀ ਚਾਹੀਦੀ ਹੈ ਉਸ ਦਿਨ ਤੋਂ ਉਸ ਫੈਸਲੇ ਨੂੰ ਮੱਦੇਨਜ਼ਰ ਰੱਖ ਕੇ ਸਜ਼ਾ ਦਾ ਉਹ ਇਹ ਫੈਸਲੇ ਉਹਨਾਂ ਨੇ ਰੱਦ ਕੀਤੀ ਹੈ ਜਦਕਿ ਅਜੇ ਤਾਂ ਅਪਲਾਈ ਕਰਨ ਵਾਸਤੇ ਹੋਰ ਕੋਰਟਾਂ ਬਹੁਤ ਹੈਗੀਆਂ ਹਾਈ ਕੋਰਟ ਹੈਗੀ ਆ ਸੁਪਰੀਮ ਕੋਰਟ ਹੈਗੀ ਆ ਬੜੇ ਵੱਡੇ ਪੱਧਰ ਤੇ ਅਜੇ ਮੁਕਦਮੇ ਦੇ ਫੈਸਲੇ ਨੂੰ ਚੈਲੰਜ ਕਰਨ ਵਾਸਤੇ ਅਗਾਹਾਂ ਕੋਰਟਾਂ ਪਈਆਂ ਨੇ ਤੇ ਇਹ ਫੈਸਲਾ ਆ ਵੀ ਗਿਆ ਕਿ ਉਹਦੀ ਜਿਹੜੀ ਹੈ ਰਾਹੁਲ ਗਾਂਧੀ ਦੀ ਮੈਂਬਰ ਪਾਰਲੀਮੈਂਟਸ਼ਿਪ ਜਿਹੜੀ ਹੈ 2 ਸਾਲ ਦੀ ਸਜ਼ਾ ਦੇ ਉੱਤੇ ਜਿਹੜਾ ਕਾਨੂੰਨ ਬਣਿਆ ਉਹਦੇ ਮੁਤਾਬਕ 6 ਸਾਲ ਵਾਸਤੇ ਉਸਨੂੰ ਚੋਣ ਲੜਨ ਤੋਂ ਅਯੋਗ ਕਰਾਰ ਦੇ ਦਿੱਤਾ ਹੈ ਇਸ ਮੁੱਦੇ ਨੂੰ ਲੈ ਕੇ ਵੀ ਕਾਫੀ ਰਾਜਨੀਤੀ ਗਰਮ ਹੋਈ ਹੈ ਉਧਰ ਵੱਖ ਵੱਖ ਖਬਰਾਂ ਹੋਰ ਨੇ ਜੇ ਅਸੀਂ ਖਬਰ ਕਰੀਏ ਸਭ ਤੋਂ ਵੱਡੀ ਖਬਰ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਹੋਣਾ ਦੇ ਉੱਤੇ ਉਹਨਾਂ ਨੂੰ ਲੈ ਕੇ ਕਾਫੀ ਵੱਡੀ ਤਾਦਾਦ ਦੇ ਵਿੱਚ ਪੁਲਿਸ ਫੋਰਸ ਵੱਲੋਂ ਜਿਹੜੇ ਇੰਝ ਕਹਿ ਲਓ ਕਿ ਪਰੂਫ ਸਬੂਤ ਇਕੱਠੇ ਕੀਤੇ ਜਾ ਰਹੇ ਨੇ ਜੀ ਉਹਨਾਂ ਨੇ ਇੱਕ ਇਹੋ ਜਿਹਾ ਪੁਆਇੰਟ ਬਣਾਇਆ ਸੀ ਜਿੱਥੇ ਟ੍ਰੇਨਿੰਗ ਦਿੱਤੀ ਜਾ ਰਹੀ ਸੀ ਜੱਲੂਪੁਰ ਦੇ ਵਿੱਚ ਔਰ ਜੱਲੂਪੁਰ ਖੇੜਾ ਜਿਹੜਾ ਹੈ ਉਹਨਾਂ ਨੂੰ ਬਾਹਰ ਕਿਉਂ ਫੜਿਆ ਗਿਆ ਫੜੇ ਗਏ ਨੇ ਜਾਂ ਫੜੇ ਨਹੀਂ ਗਏ ਉਹ ਕਿੱਥੇ ਕਿੱਥੇ ਗਏ ਨੇ ਔਰ ਪੁਲਿਸ ਜਿਹੜੀ ਆ ਉਹਦੀ ਉਹ ਪੈਰ ਨੱਪ ਰਹੀ ਹੈ ਪੁਲਿਸ ਇੰਨੀ ਮਤਲਬ ਸਾਡੀ ਕਹਿ ਲਓ ਕਿ ਸੁਚੇਤ ਹੈ ਇੰਨੀ ਐਕਸਪਰਟ ਹੈ ਕਿ ਇੱਕ ਬੰਦਾ ਛਤਰੀ ਲਈ ਜਾ ਰਿਹਾ ਉਹਦੇ ਹੱਥ ਵਿੱਚ ਬੈਗ ਹੈ ਉਹਦੀ ਤੋਰ ਤੋਂ ਪਛਾਣ ਲੈਂਦੀ ਹੈ ਉਹ ਛੋਟੂ ਪੰਜਾਬ ਪੁਲਿਸ ਤੋਰ ਤੋਂ ਵੀ ਪਛਾਣ ਲੈਂਦੀ ਹੈ ਕਿ ਉਹ ਜਾਂਦਾ ਬੰਦਾ ਫਲਾਣਾ ਬੰਦਾ ਹੈ ਨਾ ਇੰਨੀ ਐਕਸਪਰਟ ਹੈ ਬਹੁਤ ਵਧੀਆ ਗੱਲ ਹੈ ਜੀ ਚੰਗੀ ਗੱਲ ਹੈ ਜੇ ਉਹਨਾਂ ਨੇ ਤੋਰ ਤੋਂ ਪਛਾਣ ਲਿਆ ਕਿ ਇਹ ਤੋਰ ਭਾਈ ਅੰਮ੍ਰਿਤਪਾਲ ਹੋਣਾ ਦੀ ਆ ਅੱਗੇ ਤੁਰਿਆ ਜਾਂਦਾ ਬੰਦਾ ਉਹਦੇ ਨਾਲ ਬਹੁਤ ਸਾਰੇ ਸਵਾਲ ਉੱਠ ਰਹੇ ਨੇ ਸਾਡੇ ਨਹੀਂ ਸੋਸ਼ਲ ਨੈਟਵਰਕ ਮੀਡੀਆ ਜਾਂ ਵੱਖ ਸਰਹੱਦ ਮੀਡੀਆ ਸਵਾਲ ਉਠਾ ਰਿਹਾ ਦੇਸ਼ਾਂ ਵਿਦੇਸ਼ਾਂ ਦਾ ਮੀਡੀਆ ਵੀ ਇਸ ਚੀਜ਼ ਉੱਤੇ ਸਵਾਲ ਉਠਾ ਰਿਹਾ ਸਭ ਤੋਂ ਵੱਡਾ ਸਵਾਲ ਹੈ ਕਿ ਜਿਹੜੀਆਂ ਲਗਾਤਾਰ 2 ਇੰਟਰਵਿਊ ਪੰਜਾਬ ਦਾ ਤਾਂ ਇੰਟਰਨੈਟ ਅਜੇ ਵੀ ਬੰਦ ਆ ਕੁਝ ਮਤਲਬ ਤਰਨ ਤਾਰਨ ਦੇ ਵਿੱਚ ਹੋਇਆ ਫਿਰੋਜ਼ਪੁਰ ਦੇ ਵਿੱਚ ਹੋਇਆ ਅਤੇ ਜੇਲ੍ਹਾਂ ਦੇ ਵਿੱਚੋਂ 2 ਇੰਟਰਵਿਊ ਆ ਗਈਆਂ ਉਸ ਨੂੰ ਲੈ ਕੇ ਹੜਕੰਮ ਮੱਚਿਆ ਹੋਇਆ ਸੀ ਕੁਝ ਮੀਡੀਆ ਬੋਲ ਰਿਹਾ ਸੀ ਅਤੇ ਜਿਹਦੇ ਗਲੇ ਦੇ ਵਿੱਚ ਹੱਡੀ ਫਸੀ ਆ ਉਹਨੇ ਨਹੀਂ ਬੋਲਣਾ ਕਿ ਉਸ ਨੂੰ ਠੰਡੇ ਬਸਤੇ ਵਿੱਚ ਪਾ ਦਿੱਤਾ ਅੱਜ ਕੋਈ ਮੀਡੀਆ ਵੀ ਸਵਾਲ ਨਹੀਂ ਕਰਦਾ ਕਿ ਭਾਈ ਲਾਰੈਂਸ ਬਿਸ਼ਨੋਈ ਦੀਆਂ ਹੇਠ ਉੱਤੇ ਜੇਲ੍ਹ ਦੇ ਵਿੱਚ 2 ਇੰਟਰਵਿਊ ਆਈਆਂ ਅਤੇ ਸ਼ਰੇਆਮ ਉਹਨੇ ਵਿਰੋਧੀਆਂ ਨੂੰ ਧਮਕੀਆਂ ਵੀ ਦਿੱਤੀਆਂ ਉਸ ਦਾ ਕੀ ਬਣਿਆ ਪੈ ਗਈ ਇਸ ਖਬਰ ਦੇ ਥੱਲੇ ਦੱਬੀ ਗਈ ਜਿਵੇਂ ਕਿ ਆਮ ਤੌਰ 'ਤੇ ਹੁੰਦਾ ਇਸ ਤਰ੍ਹਾਂ ਕਈ ਸਰਕਾਰਾਂ ਆਪਣੇ ਤਰੀਕੇ ਨਾਲ ਹਰ ਇੱਕ ਮੁੱਦੇ ਨੂੰ ਦਬਾਉਣਾ ਚਾਹੁੰਦੀਆਂ ਹੁੰਦੀਆਂ ਚਲੋ ਜਿਹੜਾ ਨਾ ਉਹਨਾਂ ਦੇ ਵਿਰੁੱਧ ਹੁੰਦਾ ਹੁਣ ਅੰਮ੍ਰਿਤਪਾਲ ਦਾ ਮਾਮਲਾ ਹੈਗਾ ਅੰਮ੍ਰਿਤਪਾਲ ਦਾ ਮਾਮਲਾ ਇਸ ਤਰੀਕੇ ਨਾਲ ਉਭਾਰਿਆ ਗਿਆ ਮੀਡੀਆ ਵੱਲੋਂ ਕਿ ਉਸ ਦਾ ਅੱਜ ਤਾਂ ਮਤਲਬ ਕਿ ਖੰਨਾ ਪੁਲਿਸ ਨੇ ਪ੍ਰੈਸ ਕਾਨਫਰੰਸ ਕਰ ਦਿੱਤੀ ਆ ਉਹਨੇ ਕਹਿਤਾ ਕਿ ਉਹਦੇ ਸਾਥੀ ਹੈ ਇੱਕ ਜਿਹਦਾ ਕੋਈ ਬੋਡੀ ਗਾਰਡ ਹੁੰਦਾ ਸੀਗਾ ਸਾਹਿਬ ਤਜਿੰਦਰ ਸਿੰਘ ਨਾਂ ਉਹਦਾ ਬੰਦੇ ਦਾ ਉਹ ਕਹਿੰਦੇ ਉਹਦਾ ਮੋਬਾਈਲ ਉਹਦਾ ਅਰੈਸਟ ਹੋ ਗਿਆ ਸੀਗਾ ਉਹਦਾ ਮੋਬਾਈਲ ਅਸੀਂ ਫੜਿਆ ਉਹਦੇ ਵਿੱਚੋਂ ਖੰਘਾ ਲਿਆ ਸੀ ਉਹਦੇ ਵਿੱਚ $10 ਦਾ ਇੱਕ ਨੋਟ $10 ਦੀ ਕਰੰਸੀ ਵੀ ਉਹਨੇ ਬਣਾ ਲਈ ਸੀ ਖਾਲਿਸਤਾਨ ਦੀ ਜਿਹਦੇ ਵਿਚਾਲੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਫੋਟੋ ਆ ਉਹ ਜਿਹੜੀ $10 ਦੀ ਡਾਲਰ ਬਣਾਇਆ ਗਿਆ ਇਹਨਾਂ ਵੱਲੋਂ ਅਤੇ ਇਹ ਕਈ ਵੀ ਦਿਖਾਇਆ ਗਿਆ ਨਾਲ ਕਿ ਉਹਨਾਂ ਨੇ ਕੁਝ ਨਕਸ਼ੇ ਵੀ ਪੈਦਾ ਬਣਾ ਲਏ ਸੀਗੇ ਅੱਜ ਖੰਨਾ ਪੁਲਿਸ ਵੱਲੋਂ ਕਿਹਾ ਗਿਆ ਨਕਸ਼ੇ ਵੀ ਬਣਾ ਲਏ ਸੀਗੇ ਉਹ ਨਕਸ਼ੇ ਵੀ ਉਹਦੇ ਵਿੱਚੋਂ ਨਿਕਲੇ ਹੈਗੇ ਨੇ ਮੋਬਾਈਲ ਦੀ ਵਟਸਐਪ ਕਾਲ ਵਟਸਐਪ ਤੋਂ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਨੇ ਲੋਗੋ ਬਣਾ ਲਿਆ ਸੀਗਾ ਜਿਹਦਾ ਜਿਹਦੇ ਵਿੱਚ ਕਿ ਉਰਦੂ ਲਿਖਿਆ ਹੋਇਆ ਸੀਗਾ ਉਰਦੂ ਵਿੱਚ ਲਿਖਿਆ ਹੋਇਆ ਕੁਝ ਲੋਗੋ ਬਣਾ ਲਿਆ ਸੀਗਾ ਹੁਣ ਉਰਦੂ 'ਚ ਕਿਉਂ ਲਿਖੇਗਾ ਉਹ ਅੰਮ੍ਰਿਤਪਾਲ ਪੰਜਾਬੀ ਨੂੰ ਲਿਖਿਆ ਨਾ ਉਰਦੂ 'ਚ ਲਿਖਿਆ ਉਹ ਪਰ ਉਹ ਉਰਦੂ ਵਿੱਚ ਕਹਿੰਦਾ ਲਿਖਿਆ ਹੋਇਆ ਹੈਗਾ ਅਤੇ ਇੱਕ ਹੋਰ ਵੀ ਗੱਲ ਬੜੀ ਇੰਟਰਸਟਿੰਗ ਚਾਵਲਾ ਸਾਹਿਬ ਦਿਖਾਈ ਉਹਨਾਂ ਨੇ ਕਿ ਸਿੱਖ ਰਿਆਸਤਾਂ ਦੇ ਵੱਖੋ ਵੱਖਰੇ ਲੋਗੋ ਜਾਰੀ ਲੋਗੋ ਬਣਾਏ ਨੇ ਅੰਮ੍ਰਿਤਪਾਲ ਨੇ ਲੋਗੋ ਜਾਰੀ ਲੋਗੋ ਨਹੀਂ ਫਿਰਦਾ ਸੀਗਾ ਪਰ ਸਰ ਪੰਜਾਬ ਪੁਲਿਸ ਭੁੱਲ ਗਈ ਆ ਜਾਂ ਸਟੱਡੀ ਨਹੀਂ ਕਰਦੀ ਪੰਜਾਬ ਪੁਲਿਸ ਜਿੱਦਾਂ ਜਿੱਦਾਂ ਉਹਦੇ ਆਕੇ ਕਹਿੰਦੇ ਆ ਇੱਦਾਂ ਕਰ ਦਿੰਦੀ ਆ ਜਿਹੜੇ ਉਹ ਲੋਗੋ ਦਿਖਾਏ ਨੇ ਚਾਵਲਾ ਸਾਹਿਬ ਜਿਵੇਂ ਕਿ ਪਟਿਆਲਾ ਸਿੱਖ ਰਿਆਸਤ ਦਾ ਲੋਗੋ ਹੈਗਾ ਉਹ ਤਾਂ ਉਸ ਟਾਈਮ ਦਾ ਲੋਗੋ ਸੀਗਾ ਉਹ ਦਿਖਾ ਤਾ ਅੱਜ ਵੀ ਆ ਜੀ ਉਸ ਟਾਈਮ ਦਾ ਇੱਕ ਜਿਹੜੀ ਜੀਂਦ ਰਿਆਸਤ ਸੀਗੀ ਉਹਦਾ ਲੋਗੋ ਵੀ ਪੁਰਾਣਾ ਸੀਗਾ ਉਹ ਦਿਖਾਤਾ ਕਹਿੰਦੇ ਅੰਮ੍ਰਿਤਪਾਲ ਉਹਦੇ ਲੋਗੋ ਬਣਾਤੇ ਅੰਮ੍ਰਿਤ ਨੇ ਉਹ ਅੰਮ੍ਰਿਤਪਾਲ ਉਹਦਾ ਵੈਬਸਾਈਟ ਤੇ ਗੂਗਲ ਤੇ ਲੋਗੋ ਪਹਿਲੇ ਪਏ ਨੇ ਉਹ ਤਾਂ ਸ਼ੁਰੂ ਤੋਂ ਪਏ ਨੇ ਤੁਸੀਂ ਜੀਂਦ ਰਿਆਸਤ ਭਰੋ ਉਹਦਾ ਲੋਗੋ ਆ ਜਾਣਾ ਉਹ ਲੋਗੋ ਦਿਖਾਇਆ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਪਟਿਆਲਾ ਰਿਆਸਤ ਦਾ ਤੁਸੀਂ ਭਰੋ ਪਟਿਆਲਾ ਰਿਆਸਤ ਲੋਗੋ ਉਹ ਲੋਗੋ ਆ ਜਾਣਾ ਉਹਦਾ ਕਾਫੀ ਦੇਰ ਪਹਿਲੇ ਸਮੇਂ ਤੋਂ ਗੂਗਲ 'ਚ ਪਏ ਨੇ ਉਹ ਲੋਗੋ ਨੂੰ ਕਹਿੰਦੇ ਉਹ ਕਹਿੰਦਾ ਸੀਗਾ ਵੀ ਇਹ ਲੋਗੋ ਅਸੀਂ ਵੱਖ ਵੱਖ ਰਿਆਸਤਾਂ ਦੇ ਨਾਂ 'ਤੇ ਖਾਲਿਸਤਾਨ ਬਣਾਵਾਂਗੇ ਅਸੀਂ
ਵੱਖ-ਵੱਖ ਰਿਆਸਤਾਂ ਵਿੱਚ ਲੋਗੋ ਹੋਣਗੇ, ਵੱਖ-ਵੱਖ ਰਿਆਸਤਾਂ ਦਾ ਆਪਣੇ ਜਿਵੇਂ ਕਿ ਸਟੇਟ ਹੁੰਦੇ ਆ ਇੱਦਾਂ ਰਿਆਸਤਾਂ ਦੇ ਹੋਣਗੇ। ਕਪੂਰਥਲਾ ਸਿੱਖ ਰਿਆਸਤ ਹੈਗੀ, ਉਹਦਾ ਲੋਗੋ ਦਿਖਾਤਾ ਉਹਨਾਂ ਨੇ। ਇਹ ਪਤਾ ਨਹੀਂ ਪੁਲਿਸ ਨੇ ਮਤਲਬ ਕਿਵੇਂ ਉਹ ਲੋਗੋ ਪੁਰਾਣੇ ਕਿਵੇਂ ਚੱਕ ਲਏ, ਜਦੋਂ ਪੁਲਿਸ ਨੇ ਇਹ ਧਿਆਨ ਨਹੀਂ ਕੀਤਾ ਕਿ ਤਾਂ ਲੋਗੋ ਪਹਿਲਾਂ ਬੜੇ ਮੁੰਡੇ ਨੇ ਅੰਮ੍ਰਿਤਪਾਲ ਦਾ ਕੀ ਰੋਲ ਇਹਦੇ ਵਿੱਚ। ਹਾਂ, ਕਰੰਸੀ ਜਿਹੜੀ ਹੈ $10 ਵਾਲਾ ਬਣਾਇਆ, ਉਹ ਗੱਲ ਹੋ ਗਈ। ਤੇ ਦੂਜੀ ਗੱਲ ਚਾਵਲਾ ਸਾਹਿਬ, ਜਿਹੜਾ ਸੋਸ਼ਲ ਨੈਟਵਰਕ ਮੀਡੀਆ ਤੇ ਉਹ ਜਿਹੜਾ $10 ਵਾਲਾ ਉਹ ਨੋਟ ਬੜੇ ਚਿਰ ਦਾ ਤੁਰਿਆ ਫਿਰਦਾ, ਤੇ ਡਾਕਟਰ ਜਗਜੀਤ ਸਿੰਘ ਚੌਹਾਨ ਜੋ ਭਾਰਤ ਵਿੱਚ ਜਾ ਕੇ ਬਾਅਦ ਦੇ ਵਿੱਚ ਉੱਥੇ ਆਪਣੀ ਜ਼ਿੰਦਗੀ ਬਤੀਤ ਕਰਦਾ, ਖਾਲਿਸਤਾਨ ਦਾ ਉਸ ਵਕਤ ਦਾ ਸੋ ਕਾਲਡ ਰਾਸ਼ਟਰਪਤੀ, ਜਿਹੜਾ ਰੰਗਲਾ ਪੰਜਾਬ ਦੇ ਵਿੱਚ ਇੰਟਰਵਿਊ ਵਿਚਕਾਰੇ ਛੱਡ ਕੇ ਭੱਜ ਗਿਆ ਸੀ, ਦੁਬਾਰਾ ਕਾਲ ਕੀਤੀ ਅਤੇ ਜਨਾਬ ਕਿਤੇ ਹੋਰ ਹੀ ਬੈਠੇ ਸੀ, ਉਸ ਦੀ ਰਿਕਾਰਡਿੰਗ ਕਿਤੇ ਲੱਭ ਜੇ ਤਾਂ ਮੈਂ ਲਾ ਦੇਵਾਂ, ਅਤੇ ਉਸਨੂੰ ਵੀ ਮਿਲੀਅਨ ਸੈੱਟ ਹੋ ਸਕਦੇ, ਪਰ ਅਸੀਂ ਇਹੋ ਜਿਹੀ ਕਾਰਵਾਈ ਕਰਦੇ ਨਹੀਂ। ਡਾਕਟਰ ਜਗਜੀਤ ਸਿੰਘ ਚੌਹਾਨ ਖਾਲਿਸਤਾਨ ਦਾ ਰਾਸ਼ਟਰਪਤੀ ਆਪੇ ਬਣਿਆ, ਉਹਨੇ ਮੀਂਹ ਖਾਲਿਸਤਾਨ ਦੀ ਕਰੰਸੀ ਪਾਸਪੋਰਟ ਲਾਗੂ ਕੀਤਾ ਸੀ, ਉਹ ਸੋਸ਼ਲ ਨੈਟਵਰਕ ਮੀਡੀਆ ਦੇ ਪਏ, ਉਹ ਕਿਸੇ ਦੇ ਵੀ ਫੋਨ ਦੇ ਵਿੱਚ ਹੋ ਸਕਦਾ, ਵਾਸਤੇ ਵੈਸੇ ਹੀ। ਹਾਂਜੀ, ਜਿਹਦੇ ਕੋਲ ਨੈਟ ਹੈਗਾ, ਮੈਂ ਨਾਂ ਨਹੀਂ ਲੈਣਾ, ਸਾਬਕਾ ਮੈਂਬਰ ਪਾਰਲੀਮੈਂਟ ਹੈ, ਤੁਸੀਂ ਉਸਨੂੰ ਜਾਣਦੇ, ਉਸਨੂੰ ਦੁਨੀਆਂ ਭਰ ਦੇ ਸਿੱਕੇ ਇਕੱਠੇ ਕਰਨ ਦਾ ਸ਼ੌਂਕ ਹੈ, ਉਹਦੇ ਕੋਲ ਭਾਰਤ ਦੀਆਂ ਵੱਖ ਵੱਖ ਰਿਆਸਤਾਂ ਦੇ ਸਿੱਕੇ ਨੇ, ਗੁਰੂ ਨਾਨਕ ਮਹਾਰਾਜ ਤੋਂ ਲੈ ਕੇ ਜਿਹੜਾ ਸਿੱਕਾ ਚੱਲਿਆ ਮਹਾਰਾਜਾ ਰਣਜੀਤ ਸਿੰਘ ਨੇ ਜਿਹੜਾ ਚਲਾਇਆ ਖਾਲਸਾ ਰਾਜ ਦੇ ਵਿੱਚ, ਉਸ ਤੋਂ ਲੈ ਕੇ ਵੱਖ ਵੱਖ ਦੇਸ਼ਾਂ ਦੇ ਸਿੱਕੇ ਨੇ ਉਹਦੇ ਕੋਲ, ਤੁਸੀਂ ਜਾਣਦੇ ਹੋ, ਸੱਜਣ ਨੂੰ ਮੈਂ ਨਾਂ ਨਹੀਂ ਲੈਂਦਾ, ਚਲੋ ਮੇਰੇ ਗੁਆਂਢੀ ਹੋ, ਪਰ ਜੇ ਉਹ ਕੱਲ ਨੂੰ ਕੋਈ ਵੇਖੋ ਜੀ ਆ ਤਾਂ ਦੁਨੀਆਂ ਭਰ ਦੇ ਸਿੱਕੇ ਚੁੱਕੀ ਫਿਰਦਾ, ਚਲੋ ਜੇ ਉਹਦੇ 'ਤੇ ਬਣਦੀ ਕਾਰਵਾਈ, ਕੁਛ ਪੁਖਤਾ ਸਬੂਤ ਹਨ, ਗੈਰ ਕਾਨੂੰਨੀ ਉਹਦੇ ਕੋਲ ਹਥਿਆਰ ਹਨ ਜਿਹੜੇ ਸ਼ਾਇਆ ਕੀਤੇ ਨੇ ਉਹਨਾਂ ਦੇ ਕੋਲ, ਲਾਇਸੈਂਸ ਹੀ ਨਹੀਂ ਆ, ਗੈਰ ਕਾਨੂੰਨੀ ਮੁੱਦਾ ਬਣਦਾ, ਉਹਨੂੰ ਪਿੰਡ ਜੱਲੂਪੁਰ ਤੋਂ ਬੜੀ ਆਸਾਨੀ ਦੇ ਨਾਲ ਗ੍ਰਿਫਤਾਰ ਕੀਤਾ ਜਾ ਸਕਦਾ ਸੀ, ਜਿਹੜੇ ਲੋਕ ਪਿੰਡਾਂ ਦੇ ਵਿੱਚ ਰਹਿੰਦੇ ਨੇ, ਪਿੰਡ ਨੂੰ ਜਾਣ ਵਾਸਤੇ ਰਈਏ ਤੋਂ ਜੇ ਜਲੰਧਰ ਵਾਲੇ ਪਾਸਿਓਂ ਆਉਂਦੇ ਹਾਂ ਤਾਂ ਖੱਬੇ ਵਾਲੇ ਪਾਸੇ ਨੂੰ ਨਹਿਰ ਤੋਂ ਮੁੜਨਾ ਪੈਣਾ, ਅਤੇ ਜੇ ਅੰਮ੍ਰਿਤਸਰੋਂ ਜਾਂਦੇ ਹਾਂ ਤਾਂ ਸੱਜੇ ਪਾਸੇ ਨਹਿਰ ਤੋਂ ਮੁੜਨਾ ਪੈਂਦਾ, ਜੱਲੂਪੁਰ ਖੇੜਾ ਆਉਂਦਾ, ਰਸਤੇ 'ਚ ਛੋਟੀ ਜਿਹੀਆਂ ਬੈਂਕਾਂ ਆਉਂਦੀਆਂ ਨੇ 2-3 ਅਤੇ 3-4 ਕਿਲੋਮੀਟਰ ਦੂਰ 'ਤੇ, ਰਾਈਟ ਹੈਂਡ ਸਾਈਡ 'ਤੇ ਵੱਡਾ ਸਾਰਾ ਸਾਈਨ ਲੱਗਾ ਜੱਲੂਪੁਰ ਖੇੜਾ, ਅਤੇ ਅੱਗੇ ਪਿੰਡ ਹੈ, ਪਿੰਡ ਨੂੰ ਜਾਂਦੀ ਸੜਕ ਦੇ ਵਿੱਚੋਂ ਬੜੀ ਮੁਸ਼ਕਲ ਨਾਲ 2 ਗੱਡੀਆਂ ਵੱਡੀਆਂ ਲੰਘ ਸਕਦੀਆਂ, ਗੁਰਦੁਆਰਾ ਸਾਹਿਬ ਤੋਂ ਮੁੜ ਕੇ ਅਗਲੇ ਪਾਸੇ ਵੱਡੀ ਗਲੀ ਆਉਂਦੀ ਹੈ ਅਤੇ ਉੱਥੇ ਉਹਦਾ ਘਰ ਹੈ, ਉਹ ਜਿਹੜੀ ਨਹਿਰ ਹੈ, ਨਹਿਰ ਦੇ ਉੱਤੇ ਜਿਹੜੀ ਲਿੰਕ ਛੋਟੀ ਸੜਕ ਹੈ, ਉਹ ਸੜਕ ਗਾਂਹ ਲੰਘ ਜਾਂਦੀ, ਅੱਗੇ ਜਾ ਕੇ ਇੱਕ ਛੋਟਾ ਜਿਹਾ ਪੁਲ ਹੈ, ਉਸ ਪੁਲ 'ਤੇ ਗੱਡੀ ਖੜੀ ਕੀਤੀ ਜਾ ਸਕਦੀ ਸੀ, ਅਤੇ ਇੰਝ ਕਹਿ ਲਓ ਕਿ ਜਾਂ ਈਸਟ ਅਤੇ ਵੈਸਟ, ਵੈਸਟ ਰਈਆ ਪੈ ਜਾਂਦਾ, ਜਾਂ ਕਹਿ ਲਓ ਕਿ ਈਸਟ ਰਈਆ ਪੈ ਜਾਂਦਾ ਅਤੇ ਵੈਸਟ ਜਿਹੜਾ ਵਾ ਬਾਕੀ ਖੰਡੂਰ ਸਾਹਿਬ ਵਾਲੇ ਪਾਸੇ ਨੂੰ ਸੜਕ ਚੱਲ ਜਾਂਦੀ ਵਿੱਚੋਂ ਵਿੱਚੋਂ, ਉੱਥੇ ਨਾਕਾ ਲੱਗ ਸਕਦਾ ਸੀ, ਰਈਏ ਦੇ ਉੱਤੇ ਲੱਗ ਸਕਦਾ ਸੀ। ਹੁਣ ਤਾਂ ਚਾਵਲਾ ਸਾਹਿਬ ਹੋਰ ਤਰ੍ਹਾਂ ਪੁਲਿਸ ਕਹਿ ਰਹੀ ਆ, ਉਹ ਮੀਡੀਆ ਦੇ ਵਿੱਚ ਆ ਰਹੇ ਗੱਲਾਂ ਵੀ ਲੁਧਿਆਣੇ ਵਿੱਚੋਂ ਤਕਰੀਬਨ 16 ਘੰਟੇ ਰਿਹਾ ਲੁਧਿਆਣੇ ਵਿੱਚ ਘੁੰਮਦਾ ਐਕਟਿਵਾ ਦੇ ਉੱਪਰ ਜਾਂ ਟੈਂਪੂ ਦੇ ਵਿੱਚ, ਫਿਰ ਉਹ ਗਿਆ ਹੈਗਾ ਬੱਸ ਵੀ ਚੜ੍ਹ ਕੇ ਉਹ ਲਗਾਤਾਰ ਉੱਥੇ ਜਾ ਕੇ, ਪਤਾ ਨਹੀਂ ਲੱਗਿਆ ਕਿਸੇ ਨੂੰ, ਪੁਲਿਸ ਦੀ ਨਾਕਾਮੀ ਆਪਣੇ ਆਪ ਹੀ ਸਾਬਤ ਹੋ ਰਹੀ ਆ ਕਿ ਪੁਲਿਸ ਨੇ ਉਸ ਨੂੰ ਫੜਿਆ ਤੱਕ ਨਹੀਂ ਹੈਗਾ, ਉਹ ਤਾਂ ਸਨਾਖਤ ਤੱਕ ਨਹੀਂ ਹੋ ਸਕੀ, ਵੈਸੇ ਖੁਫੀਆ ਏਜੰਸੀ ਜਿਹੜੀ ਹੈਗੀ ਆ ਇਹ ਵੀ ਪਤਾ ਲਾਉਣ 'ਚ ਨਾਕਾਮਯਾਬ ਰਹੀ ਆ ਹੁਣ ਤੱਕ, ਕਿ ਉਸ ਨੇ ਜੱਲੂ ਖੇੜਾ ਦੇ ਵਿੱਚ ਇੱਕ ਜਿਹੜਾ ਕਿ ਫਾਇਰਿੰਗ ਸਟੇਜ ਬਣਾਇਆ ਸੀਗਾ, ਜਿਹੜਾ ਫਾਇਰਿੰਗ ਕਰਦੇ ਸੀ ਉੱਥੇ ਇੱਕ ਉਹ ਵੀ, ਜਦਕਿ ਖੁਫੀਆ ਏਜੰਸੀ ਬੜੀ ਸਤਰਕ ਹੈਗੀ ਆ ਪੰਜਾਬ ਦੀ, ਤੇ ਖੁਫੀਆ ਏਜੰਸੀ ਵੀ ਫੇਲ ਹੋ ਗਈ ਆ, ਉਹ ਸਭ ਭੁੱਲ ਗਏ ਆ ਸਭ ਨਾਲ। ਕਮਾਲ ਦੀ ਗੱਲ ਆ ਕਿ ਇੰਨਾ ਕੁਛ ਕਰ ਰਿਹਾ ਬੰਦਾ, ਵਟਸਐਪ ਦੇ ਉੱਪਰ ਨੋਟ ਬਣਾ ਰਿਹਾ, ਕਹਿੰਦੇ ਪੇਸ਼ ਕਰ ਰਿਹਾ ਬੰਦਾ ਸਾਰਾ ਕੁਛ, ਮਤਲਬ ਕਿ ਪੁਲਿਸ ਨੇ ਨਾ ਅੱਛਾ ਚਿਤਕਾਰੇ ਲਾ ਲਾ ਕੇ ਨਾ ਟੀਵੀ ਚੈਨਲ ਵਾਲੇ ਵੀ ਦਿਖਾ ਰਹੇ ਇਹਨਾਂ ਨੂੰ, ਮਤਲਬ ਕੋਈ ਟੀਵੀ ਚੈਨਲ ਚੈੱਕ ਹੀ ਨਹੀਂ ਕਰਦਾ ਕਿ ਇਹਦੋਂ ਵੱਡੀ ਤਰਾਸਦੀ ਕੀ ਹੋਊਗੀ ਕਿ ਉਹਦੀ ਨਵ ਵਿਆਹੁਤਾ ਜਿਹੜੀ ਆ ਉਹਨੂੰ ਲੇਡੀ ਡਾਊਨ ਤੱਕ ਦਾ ਖਿਤਾਬ ਦੇ ਕੇ ਮੀਡੀਆ ਵਾਲੇ ਆਪਣੀ TRP ਵਧਾ ਰਹੇ ਨੇ, ਜਦੋਂ ਕਿ ਕੇਸ ਕੋਰਟ ਦੇ ਵਿੱਚ ਜਾਣਾ, ਉੱਥੇ ਕੋਰਟ ਨੇ ਉਹਨੂੰ ਸਜ਼ਾ ਦੇਣੀ ਹੈ ਅਤੇ ਫਿਰ ਜਾ ਕੇ ਉਹ ਸਜ਼ਾ ਜਾਪਦਾ ਹੋਣਾ, ਅਜੇ ਤਾਂ ਚਲੋ ਭਗੌੜਾ ਕਰਾਰ ਦਿੱਤਾ, ਕਿਹੜੇ ਕਾਰਨਾਂ ਕਰਕੇ ਦਿੱਤਾ, ਨੈਸ਼ਨਲ ਸਿਕਿਉਰਿਟੀ ਐਕਟ ਉੱਤੇ ਲੱਗਾ, ਉਹ ਟੁੱਟਦਾ ਜਾਂ ਨਹੀਂ ਟੁੱਟਦਾ ਇਸ ਸਮੇਂ ਦੀ ਬੁੱਕਲ ਦੇ ਵਿੱਚ ਆ, ਪਰ ਇੱਕ ਗੱਲ ਤਾਂ ਜ਼ਰੂਰ ਆ ਕਿ ਨਾ ਉਹਨੇ ਕੋਈ ਕਤਲ ਕੀਤਾ ਅਤੇ ਨਾ ਉਹਨੇ ਕੋਈ ਅਜੇ ਤੱਕ ਕੋਈ ਇਹੋ ਜਿਹਾ ਕੰਮ ਕੀਤਾ ਕਿ ਜਿਹੜਾ ਇਹ ਕਹਿ ਲਈ ਕਿ ਗੈਰ ਕਾਨੂੰਨੀ। ਹਾਂ, ਸ਼ਰੇਆਮ ਆਪਾਂ ਉਦਣ ਮਾੜਾ ਕਿਹਾ ਸੀ ਅਤੇ ਹੁਣ ਵੀ ਕਰਾਂਗੇ ਕਿ ਜਦੋਂ ਇਹਨੇ ਅਜਨਾਲੇ ਜਾ ਕੇ ਪੁਲਿਸ ਸਟੇਸ਼ਨ ਨੂੰ ਘੇਰਿਆ ਸੀ, ਉੱਧਰ ਵੀ ਗੱਲ ਗਲਤ ਕਹੀ ਸੀ ਵੀ ਗਲਤ ਹੈ, ਇਹ ਗਲਤ ਹੈ ਅਤੇ ਗਲਤ ਰਹੇਗਾ, ਜੇ ਤੇਰੀਆਂ ਮੰਗਾਂ ਨੇ, ਤੇਰਾ ਸਾਥੀ ਹੈ ਉਹਦੇ 'ਤੇ, ਜੇ
केस ਪੈਂਦਾ ਵੀ ਤੇ ਅੱਜ ਨਹੀਂ ਤੇ ਕੱਲ ਜਮਾਨ ਤੇ ਆ ਜਾਣਾ ਸੀਗਾ, ਆਪੇ ਕੇਸ ਭੁਗਤ ਲੈਂਦਾ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪ ਨੂੰ ਲੈ ਕੇ ਓਟ ਆਸਰਾ ਨਹੀਂ ਲਿਆ, ਉਹਨੂੰ ਢਾਲ ਬਣਾ ਕੇ ਗਿਆ, ਮੈਂ ਅੱਜ ਵੀ ਉੱਥੇ ਖੜਾ, ਕੱਲ ਵੀ ਉੱਥੇ ਖੜਾ। ਇਹ ਇਹਦੀ ਬੰਜਰ ਗਲਤੀ ਸੀ ਤੇ ਬੰਜਰ ਗਲਤੀ ਰਹੇਗੀ ਜਿਹੜੀ ਆਉਣ ਵਾਲੇ ਸਮੇਂ ਵਾਸਤੇ ਇਸ ਤਰੀਕੇ ਦੇ ਨਾਲ ਜਿਹੜੇ ਲੋਕ ਨੇ ਉਹ ਦੁਰਵਰਤੋਂ ਕਰਨਗੇ। ਰੁੱਖੀ ਬੋਲੀ ਸੀ ਉਹਦੀ, ਕੋਈ ਦੋ ਰਾਵਾਂ ਨਹੀਂ, ਪਰ ਜਿਹੜਾ ਕੰਮ ਕਹੀਏ ਕਿ ਚੰਗੇ ਕਰ ਰਿਹਾ ਸੀਗਾ, ਲੋਕ ਦੂਰੋਂ ਦੂਰੋਂ ਆ ਕੇ ਨਸ਼ਾ ਛੱਡ ਰਹੇ ਸੀ, ਉਹ ਤਾਂ ਸ਼ਲਾਘਾਯੋਗ ਹੈਗਾ ਨਾ। ਨਹੀਂ ਉਹਦਾ ਸਲਾਹ ਦੇਖੋ, ਕਈ ਗੱਲਾਂ ਹਰ ਇੱਕ ਬੰਦੇ ਵਿੱਚ ਕੁਛ ਔਗੁਣ ਤੇ ਕੁਛ ਗੁਣ ਹੁੰਦੇ ਆ। ਗੁਣ ਇਹ ਵਧੀਆ ਸੀਗਾ, ਆਪਾਂ ਉਧਰ ਵੀ ਆਲੋਚਨਾ ਕੀਤੀ ਜਦੋਂ ਉਹਨੇ ਬੈਂਚ ਮੁੰਜੇ ਬਾਹਰ ਸਿੱਟ ਕੇ। ਸਭ ਤੋਂ ਪਹਿਲਾਂ ਇਹ ਕਿਹਾ ਕਿ ਤੁਸੀਂ, ਤੁਹਾਨੂੰ ਪਤਾ ਲੱਗਾ ਵੀ ਰਸਤੇ ਦੇ ਵਿੱਚ ਤੁਸੀਂ ਵਗੀਰ ਲੈ ਕੇ ਜਾ ਰਹੇ ਹੋ, ਵੀ ਆਹ ਆਹ ਤੁਰਟੀਆਂ ਨੇ ਗੁਰਦੁਆਰਾ ਸਾਹਿਬ ਵਾਲਿਆਂ ਦੇ ਵਿੱਚ, ਰੋਹ ਰੀਤਾਂ ਦੇ ਮੁਤਾਬਕ ਨਹੀਂ ਕੰਮ ਕਰ ਰਿਹਾ, ਉਹ ਅਕਾਲ ਤਖਤ ਸਾਹਿਬ ਜਥੇਦਾਰ ਕੋਲ ਰੱਖਦਾ ਆ ਕੇ ਸਿਆਣਾ ਬਣਦਾ। ਪਰ ਆਲੇ ਦੁਆਲੇ ਸਿਆਣੇ ਨਹੀਂ ਨਾ, ਆਲੇ ਦੁਆਲੇ ਫੂਕਾਂ ਦੇਣ ਵਾਲੇ ਸੀ, ਚੜ ਜਾ ਪੁੱਤਰਾ ਸੂਲੀ ਭਲੀ ਕਰੂ ਕਰਤਾਰ। ਹੁਣ ਸਕ੍ਰਿਪਟ ਕੌਣ ਲਿਖ ਕੇ ਦਿੰਦਾ ਉਹਨੂੰ? ਅਸੀਂ ਤਾਂ ਉਦਣ ਵੀ ਕਿਹਾ ਸੀ ਕਿ ਆਸਾ ਪਾਸਾ ਸੁਧਾਰੋ, ਤੁਹਾਡੇ ਤੋਂ ਬਹੁਤ ਕੌਮ ਨੂੰ ਆਸਾ ਨੇ, ਤੁਸੀਂ ਨਸ਼ਾ ਛਡਾ ਰਹੇ ਹੋ ਉਸ ਹਲਕੇ ਦੇ ਵਿੱਚ, ਉਸ ਏਰੀਏ ਦੇ ਵਿੱਚ, ਘਰ ਘਰ ਚਿੱਟਾ ਵਿਕਦਾ, ਦੂਜਾ ਘਰ ਛੱਡ ਕੇ ਤੀਜੇ ਘਰ ਦੇ ਵਿੱਚ ਉੱਥੇ ਜਿਹੜੀਆਂ ਨੇ ਵੈਨ ਪੈ ਚੁੱਕੇ ਨੇ ਜਾਂ ਪੈ ਰਹੇ ਨੇ ਉਸ ਏਰੀਏ ਦੇ ਵਿੱਚ। ਇਹ ਸਰਕਾਰ ਨੂੰ ਨਹੀਂ ਦੇਖਦਾ, ਇਹ ਪ੍ਰਸ਼ਾਸਨ ਨੂੰ ਨਹੀਂ ਦੇਖਦਾ, ਕਿਉਂਕਿ ਉਹਨਾਂ ਤੋਂ ਭਾਈ ਮੋਟੀ ਕਮਾਈ ਆਉਣੀ। ਆਪਾਂ ਕੌਲ ਲੈ ਲਈਏ, ਫਿਰ ਤੁਹਾਨੂੰ ਕੌੜਾ ਸੱਚ ਸੁਣਾਉਂਦੇ ਹਾਂ। ਵੈਲਕਮ ਜੀ, ਸਤਿ ਸ੍ਰੀ ਅਕਾਲ। ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਜੀ, ਤੁਸੀਂ ਏਅਰ ਤੇ ਹੋ ਜੀ? ਸਤਿ ਸ੍ਰੀ ਅਕਾਲ ਭਾਜੀ, ਉਹਨਾਂ ਨੂੰ ਵੀ ਸਤਿ ਸ੍ਰੀ ਅਕਾਲ ਜੀ। ਅੱਜ ਤਾਂ ਹੋਰ ਤਾਂ ਕੁਛ ਹੋਰ ਹੀ ਦਿਖਾਏ ਜਾਂਦੇ, ਫੋਟੋਆਂ ਉਹ ਕੱਲੇ ਅੰਮ੍ਰਿਤਪਾਲ ਦੀਆਂ ਨੀ, ਹੋਰ ਵੀ ਕਈ ਨੇ, ਤੁਸੀਂ ਦੇਖਿਆ ਹੀ ਹੋਊਗਾ। ਤੇ ਕਹਿੰਦੇ ਸ਼ਾਇਦ ਬਈ ਨੰਦੇੜ ਨੂੰ ਜਾਊਗਾ, ਉੱਥੇ ਵੀ ਪਹੁੰਚੂਗੀ ਪੁਲਿਸ, ਉੱਥੇ ਵੀ ਪਹੁੰਚੂ। ਫਿਰ ਇਹਦਾ ਬਹਾਨਾ ਬਣਾ ਬਣਾ ਗੁਰਦੁਆਰਿਆਂ ਤੇ ਜਾਣਾ ਇਹਨਾਂ ਨੂੰ ਡਰਾਉਣ ਨੂੰ ਲੋਕਾਂ ਨੂੰ। ਇਹ ਉਹਦਾ ਮੂੰਹ ਤਾਂ ਕਿਤੇ ਦਿਸਦਾ ਨੀ, ਅੰਮ੍ਰਿਤਪਾਲ ਆ ਅੰਮ੍ਰਿਤਪਾਲ ਆ, ਸਿੰਘ ਤਾਂ ਕਿੰਨੇ ਇੱਕ ਦੂਏ ਨਾਲ ਜਦ ਇਹਨਾਂ ਦਾ ਚਿਹਰੇ ਕੁਦਰਤੀ ਰਲਦੇ ਹੁੰਦੇ ਨੇ। ਮਿਹਰਬਾਨੀ, ਥੈਂਕ ਯੂ। ਇਹਨਾਂ ਨੂੰ ਵੀ ਦੇਖ ਕੇ ਪਿੱਠ ਦਿਖਾ ਕੇ ਇੰਨਾ ਰੌਲਾ। ਅੱਜ ਫਿਰ ਇੱਕ ਟੀਵੀ ਵਾਲਿਆਂ ਨੂੰ ਤਾਂ ਖਾਸੇ ਲੋਕਾਂ ਦੇ ਫੋਨ ਆਏ ਨੇ, ਕਹਿੰਦੇ ਤੁਸੀਂ ਵਾਈਫ ਦੇ ਉਹ ਆਪ ਉਹਨੇ ਕੋਈ ਫੋਟੋ ਵੀ ਨੀ ਦਿੱਤੀ, ਤੁਸੀਂ ਜਿਹੜੀ ਚੱਕਦੇ ਹੋ ਪਾ ਦਿੰਦੇ ਆ, ਕਹਿੰਦੇ ਉਹ ਪੁਸ਼ਟੀ ਕਰਨੀ ਹੁੰਦੀ ਆ ਜਿਹੜਾ ਕੁਛ ਉਹ ਲਿਖਦੇ ਨੇ ਲਾ। ਉਹ ਤਾਂ ਇੱਕ ਵਾਰ ਮੈਂ ਆਪ ਸੁਣਿਆ, ਕਹਿੰਦੇ ਸੀ ਅੰਮ੍ਰਿਤਪਾਲ ਅਰੈਸਟ ਹੋ ਗਿਆ ਪਹਿਲਾਂ ਹੀ ਜਾਂ ਆਈ ਆ ਨਿਊਜ਼ ਜੀ, ਪਹਿਲੇ ਦਿਨ ਖਬਰ ਇਹੀ ਆਈ ਸੀ, ਬਾਅਦ ਦੇ ਵਿੱਚ ਪਤਾ ਨਹੀਂ ਕੀ ਹੋਇਆ। ਸੁਣਿਆ ਉਹ ਮਗਰੋਂ ਲੇਟ ਕਿਉਂ ਕਰਤਾ, ਉਹ ਨਹੀਂ ਰਹਿਣ ਦਿੰਦੇ। ਤੇ ਮੀਡੀਆ ਵੀ ਚਲਿਆ ਫਿਰਦਾ, ਉਹ ਸਰਕਾਰ ਤਾਂ ਸਰਕਾਰਾਂ ਤਾਂ ਤਿੰਨੇ ਹੀ ਇੱਕ ਨੇ, ਕੋਈ ਨੀ ਸਿੱਖਾਂ ਵੱਲ ਕੋਈ ਨੀ ਹੈਗਾ। ਚਲੋ ਨਹੀਂ ਹੈਗੇ ਨੇ ਜੀ, ਸੁਣਨ ਵਾਲੇ ਵੀ ਹੈਗੇ ਨੇ, ਫਿਰ ਬਾਅਦ ਜਾ ਕੇ ਅੜ ਜਾਂਦੇ ਜਿੱਥੇ ਚਾਦਰ ਦੀ ਗੱਲ ਹੁੰਦੀ ਆ ਉੱਥੇ ਬੋਲਦੇ ਨੀ। ਮਿਹਰਬਾਨੀ ਮਾਤਾ ਜੀ, ਥੈਂਕ ਯੂ। ਨਹੀਂ ਮਾਤਾ ਜੀ, ਅਸਲ ਚ ਨਾ ਜਿਹੜਾ ਜਿਹੜਾ ਆਪਣਾ ਨਾ ਜੋ ਪੁਲਿਸ ਜਾ ਕੇ ਤਲਾਸੀ ਲੈਂਦੀ ਆ ਥਾਂ ਥਾਂ ਤੇ, ਉਹ ਤਾਂ ਉਹਨਾਂ ਦਾ ਨਾ ਸਟੇਟ ਨੂੰ, ਪੁਲਿਸ ਇਹ ਗੱਲ ਕਹਿੰਦੀ ਵੀ ਸਟੇਟ ਨੂੰ ਬਚਾਉਣ ਦਾ ਕੰਮ ਕਰ ਰਿਹਾ, ਕੋਈ ਦੇਸ਼ ਵਿਰੋਧੀ ਕਾਰਵਾਈ ਕਰ ਰਿਹਾ ਸੀ ਬੰਦਾ, ਉਹਨੇ ਅੰਮ੍ਰਿਤਪਾਲ ਨੂੰ ਦੇਸ਼ ਵਿਰੋਧੀ ਬੰਦਾ ਕਹਿਦਾ ਨਾ ਜੀ। ਦੇਸ਼ ਵਿਰੋਧੀ ਕੋਰਟ ਫੈਸਲਾ ਕਰੂਗੀ ਨਾ, ਅਜੇ ਤਾਂ ਚਲੋ ਠੀਕ ਹੈ ਉਸਨੇ। ਪਰ ਚਾਵਲਾ ਸਾਹਿਬ, ਮੈਂ ਪਹਿਲਾਂ ਵੀ ਗੱਲ ਆਖੀ ਸੀ, ਭਗੌੜਾ ਜਿਹੜਾ ਹੁੰਦਾ ਨਾ ਜੀ, ਉਹ ਧਾਰਾ ਸੀ ਆਰ ਪੀ ਧਾਰਾ 82 ਤਹਿਤ ਹੁੰਦਾ ਭਗੌੜਾ, ਟੀਆਰਪੀ ਧਾਰਾ 82 ਦੇ ਤਹਿਤ ਭਗੌੜਾ ਕਰਦੇ ਆ, ਤੇ ਉਸ ਸੰਦਰਭ ਦੇ ਵਿੱਚ ਕੋਰਟ ਨੇ ਕਰਨਾ ਹੁੰਦਾ ਭਗੌੜਾ। ਪੁਲਿਸ ਨੇ ਕਿਵੇਂ ਕਰਾਰ ਦਿੱਤਾ ਮੈਨੂੰ ਇਹ ਕਲਾਸ ਨਹੀਂ ਆਈ। ਕਹਿੰਦੇ ਅਦਾਲਤ ਨੇ ਭਗੌੜਾ ਕਰਾਰ ਦੇ ਦਿੱਤਾ, ਅਦਾਲਤ ਦੇ ਵਿੱਚ ਭਗੌੜਾ ਕਰਾਰ ਦੇਣ ਵਾਸਤੇ ਚਾਵਲਾ ਸਾਹਿਬ ਇੱਕ ਬੰਦੇ ਦੇ ਬੜੀ ਵੱਡੀ ਪ੍ਰਕਿਰਿਆ ਹੁੰਦੀ ਆ, ਉਹਨੂੰ ਅਦਾਲਤ ਸੰਮਣ ਕਰਦੀ ਆ, ਇੱਕ ਸੰਮਣ। ਵੈਲਕਮ ਜੀ। ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਦੋਨੋਂ ਵੀਰਾਂ ਨੂੰ। ਸਤਿ ਸ੍ਰੀ ਅਕਾਲ ਜੀ। ਪਤਾ ਨੀਗਾ ਜੀ, ਆ ਕਈ ਦਿਨਾਂ ਤੋਂ ਆਹੀ ਭੰਬਲ ਭੂਫਾ ਚੱਲੀ ਜਾਂਦਾ ਮੀਡੀਆ ਵਾਲੇ, ਤਾਂ ਚਲੋ ਕੁਛ ਇੱਕ ਦੋ ਨੂੰ ਮੈਂ ਛੱਡ ਕੇ ਕਹਿੰਦਾ ਜੀ, ਬਾਕੀ ਦਾ ਸਾਰੇ ਟੀ ਆਰ ਪੀ ਨੂੰ ਆ ਪੇ, ਕੋਈ ਨਾ ਕੋਈ ਪ੍ਰੂਫ ਆ, ਨਾ ਕੋਈ ਪੁਖਤਾ, ਕੋਈ ਮੰਨ ਲਾ ਨਾ ਉਹਦੀ ਛਾਣਬੀਣ ਕੋਈ ਨੀ, ਇੱਕ ਦੂਜੇ ਤੋਂ ਮੂਹਰੇ ਸਬਰ ਲਾ ਰਿਹਾ ਹੈ, ਕੋਈ ਕਹਿੰਦਾ ਰੇੜੇ ਤੇ ਚੱਲ ਗਿਆ, ਕੋਈ ਕਹਿੰਦਾ ਸਾਈਕਲ ਤੇ ਚੱਲ ਗਿਆ, ਕੋਈ ਕਹਿੰਦਾ ਕੋਈ ਨਹਾਉਣ ਲੱਗ ਪਿਆ, ਇੰਨਾ ਕਿਸੇ ਕੋਲ ਟਾਈਮ ਹੁੰਦਾ ਜਿੱਥੇ ਇੰਨੀ ਪੁਲਿਸ ਮਗਰ ਲੱਗੀ ਹੋਵੇ। ਪਰ ਏਦਾਂ ਤਾਂ ਹੁਣ ਕੱਲ ਦੀ ਅਸੀਂ ਰੇੜੇ ਤੇ ਫੋਟੋ ਦੇਖੀ ਭਗਵੰਤ ਮਾਨ ਦੀ ਵੀ, ਉਹਨੂੰ ਵੀ ਕਹੀਏ ਵੀ ਰੇੜੇ ਤੇ ਬੈਠੋ, ਚਿਰਤਾ ਜਿਹਦਾ ਮਰਜ਼ੀ ਲਾ ਲਓ, ਫੋਟੋਸ਼ਾਪ ਹੋ ਗਈ ਐਡਿਟ ਕਰਕੇ ਲਾ ਦਿੱਤੀ। ਚਲੋ ਜੀ, ਹੁਣ ਮੰਨ ਲਾ ਕਿੰਨੇ ਹੀ ਪ੍ਰੂਫ ਕਿੰਨੇ ਤਰ੍ਹਾਂ ਦੇ ਆ, ਇਹ ਤਾਂ ਜੀ ਚਾਹੇ ਹੁਣ ਕੋਈ ਮੰਨੇ ਜਾਂ ਨਾ ਮੰਨੇ ਜੀ, ਜਾਂ ਪੁਲਿਸ ਦੀ ਨਲੈਕੀ ਤੇ ਜਾਂ ਸਰਕਾਰ ਦੀ ਬੇਈਮਾਨੀ, ਬੰਦਾ ਉੱਡਣ ਦਾ ਹੀ ਰਹਿਸ ਉਹ ਕਿਤੇ ਮੱਖੀ ਆ ਜਿਹੜਾ ਉੱਡ ਗਿਆ ਜੀ ਇਹਨੇ ਦੇ ਵਿੱਚੋਂ ਜੀ, ਇੰਨਾ ਫੇਮਸ ਜਿਹੜਾ ਉਹ। ਦੇਖੋ ਉਦਨ ਭਰੋਸੇਯੋਗ ਸੂਤਰਾਂ ਦੇ ਉੱਤੇ ਸਾਰੇ ਹੀ ਆਪਣੇ ਆਪ ਨੂੰ ਜਿੰਨਾ ਮਰਜ਼ੀ ਕੋਈ ਕਵੇ ਜੇ ਕਵੇ ਕਿ ਅਸੀਂ ਨਹੀਂ ਖਬਰ ਲਾਈ, ਉਦਨ ਦੀਆਂ ਕੱਢ ਕੇ ਵੇਖ ਲਓ 18 ਤਰੀਕ ਦੀਆਂ,
ਸਾਰਿਆਂ ਨੇ ਕਿਹਾ ਭਰੋਸੇਯੋਗ ਸੂਤਰਾਂ ਦੇ ਨਾਲ ਅਰੈਸਟ ਹੋ ਗਿਆ, ਅਰੈਸਟ ਹੋ ਗਿਆ, ਅਰੈਸਟ ਹੋ ਗਿਆ, ਅਰੈਸਟ ਹੋ ਗਿਆ। ਜੇ ਅਰੈਸਟ ਹੋ ਗਿਆ ਤੇ ਕਿੱਥੇ ਆ ਬਈ? ਚਾਵਲਾ ਸਾਹਿਬ ਤੁਸੀਂ ਇਹ ਦੇਖੋ, ਲੋਕਾਂ ਦਾ ਸਰਕਾਰਾਂ ਤੇ ਤਾਂ ਯਕੀਨ ਹੈ ਨੀ, ਮੀਡੀਆ ਤੇ ਹੈ? ਦੱਸੋ ਪਹਿਲਾਂ ਕੋਈ ਹੈ ਮੀਡੀਆ ਦੇ ਵੀ ਜੇ ਕੋਈ ਚੰਗਾ ਭਲਾ ਬੋਲਦਾ? ਅੱਜ ਹੁਣ ਜਿਹੜੇ ਚਾਰ ਪੰਜ ਚੈਨਲਾਂ ਵਾਲੇ ਚਲੋ ਮੀਡੀਆ ਪੱਤਰਕਾਰ ਸੀ, ਉਹਨਾਂ ਦੇ ਘਰੀ ਛਾਪੇ ਪੈ ਗਏ। ਮਤਲਬ ਇੱਕ ਤਰ੍ਹਾਂ ਦੀ ਹੈ ਤਾਂ ਦਹਿਸ਼ਤ ਪਾਉਣ ਵਾਲੀ ਗੱਲ ਹੀ ਹੈ ਨਾ ਜੀ। ਜਿਹੜਾ ਜੇ ਹੁਣ ਜਿੱਦਾਂ ਤੁਸੀਂ ਉਦਣ ਵੀ ਕਿਹਾ, ਮੈਂ ਉਦਣ ਵੀ ਕਾਲ ਕੀਤੀ ਸੀ, ਜਿੱਦਣ ਜੁਨਾਲਾ ਕਾਂਡ ਹੋਇਆ ਉਹ ਨਿੰਦਣ ਯੋਗ ਸੀ, ਉਹਦੇ ਲਈ ਸਜ਼ਾ ਵੱਖਰੀ ਸੀ। ਆਹ ਕੋਈ ਬਣਦੀ ਸੀ? ਪਰੰਤੂ ਇਹ ਤਰੀਕਾ ਜਿਹੜਾ, ਮਤਲਬ ਅਸੀਂ ਨੀ ਕੱਲੇ ਕਹਿ ਰਹੇ, ਸਾਰਾ ਹੀ ਬੁੱਧੀਜੀਵੀ ਵਰਗ ਜਾਂ ਜਿਹੜਾ ਸੱਜਣ ਮੀਡੀਆ ਉਹ ਕਹਿ ਰਿਹਾ ਕਿ ਤਰੀਕਾ ਕੀ ਉਹਨੂੰ ਪਹਿਲਾਂ ਸਾਹਮਣੇ ਭੇਜੇ ਗਏ। ਗੀਤਾ ਸਾਹਿਬ ਤੁਸੀਂ ਪੜ੍ਹੇ ਲਿਖੇ ਹੋ, ਤੁਸੀਂ ਪੱਤਰਕਾਰ ਹੋ, ਸੀਨੀਅਰ ਪੱਤਰਕਾਰਾਂ ਦੇ ਵਿੱਚ ਹੋ, ਪੁਲਿਸ ਜਦੋਂ ਕਿਸੇ ਬੰਦੇ ਨੂੰ ਉਹਦੇ ਤੇ ਕੋਈ ਮੁਕੱਦਮਾ ਦਰਜ ਹੁੰਦਾ ਹੈ ਤੇ ਉਹਦੇ ਤੇ ਪਹਿਲੀ ਕਾਰਵਾਈ ਕੀ ਹੁੰਦੀ ਹੈ? ਪਹਿਲੀ ਕਾਰਵਾਈ ਤਾਂ FIR ਦਰਜ ਹੋ ਗਈ, ਉਸ ਤੋਂ ਬਾਅਦ FIR ਦੀ ਕਾਪੀ ਪਹੁੰਚਦੀ ਹੈ ਹਾਈਕੋਰਟ ਦੇ ਵਿੱਚ ਜੀ, ਤੇ ਉਹ ਹਾਈਕੋਰਟ ਦੇ ਵਿੱਚ ਫਿਰ ਉਹਦਾ ਚੱਲਦਾ, ਉਹ ਪੁਲਿਸ ਆਪਣਾ ਪੱਖ ਪੇਸ਼ ਕਰਦੀ ਹੈ ਜੀ ਸਾਡਾ ਬੰਦਾ ਹੈਗਾ, ਤੇ ਉਹ ਅਰੈਸਟ ਕਰਨ ਦੀ ਗੱਲ ਕਰਦੀ ਆ। ਜੇ ਬੰਦਾ ਅਰੈਸਟ ਨਹੀਂ ਹੁੰਦਾ ਫਿਰ ਕੋਰਟ ਜਾਂਦਾ, ਕੋਰਟ ਚ ਇਹ ਕਹਿ ਕੇ ਜਾਂਦੀ ਆ ਉੱਥੇ ਪੁਲਿਸ ਵੀ ਸਾਡੇ ਕੋਲ ਬੰਦਾ ਮਿਲ ਨਹੀਂ ਰਿਹਾ, ਫਿਰ ਕੋਰਟ ਸੰਮਣ ਕਰਦੀ ਆ ਉਹ ਬੰਦੇ ਨੂੰ ਜਿਹਦਾ ਅਡਰੈਸ ਹੁੰਦਾ। ਸੰਮਣ ਉਹਦੇ ਰਿਸੀਵ ਨਹੀਂ ਕੀਤੇ ਬੰਦੇ ਨੇ, ਫਿਰ ਸੰਮਣ ਕਰਦੀ ਆ ਉਹ, ਫਿਰ ਸੰਮਣ ਰਿਸੀਵ ਨਹੀਂ ਕੀਤੇ, ਫਿਰ ਸੰਮਣ ਕਰਦੀ ਆ ਉਹ, ਉਸ ਤੋਂ ਫਿਰ ਉਸ ਤੋਂ ਬਾਅਦ ਕਾਰਵਾਈ ਚੱਲਦੀ ਆ ਭਗੌੜਾ ਕਰਾਰ ਦੇਣ ਦੀ। ਉਹ ਕਾਰਵਾਈ ਚੱਲਣ ਨੂੰ ਵੀ ਕਈ ਮਹੀਨੇ ਲੱਗ ਜਾਂਦੇ ਆ, ਭਗੌੜਾ ਕਰਾਰ ਦੇਣ ਦੀ ਕਾਰਵਾਈ ਨੂੰ ਵੀ ਕਈ ਮਹੀਨੇ ਲੱਗ ਜਾਂਦੇ ਆ। ਏਦਾਂ ਨਹੀਂ, ਧਾਰਾ ਜਿਹੜੀ 82 ਹੈਗੀ ਨਾ, ਮੈਂ ਪੜ੍ਹ ਰਿਹਾ ਸੀਗਾ ਧਾਰਾ 82 ਦਾ, CRPC ਧਾਰਾ ਇਹ, ਉਹਦੇ ਵਿੱਚ ਜੇ ਕੋਈ ਬੰਦਾ ਭੱਜ ਜਾਵੇ, ਜੇ ਕੋਈ ਬੰਦਾ ਕ੍ਰਾਈਮ ਕਰਕੇ ਭੱਜ ਜਾਵੇ ਤੇ ਉਹ ਕਿਤੇ ਨਾ ਮਿਲੇ, ਕ੍ਰਾਈਮ ਕਰਕੇ ਭੱਜ ਕਿਤੇ ਨਾ ਮਿਲੇ, ਤਾਂ ਉਸ ਦੇ ਉੱਤੇ ਧਾਰਾ 82 ਜਿਹੜੀ ਹੈਗੀ ਆ ਉਸ ਤਹਿਤ ਕਾਰਵਾਈ ਹੁੰਦੀ ਆ ਭਗੌੜਾ ਕਰਾਰ ਦੇਣ ਦੀ। ਪਰ ਮੈਨੂੰ ਇਹ ਪਤਾ ਨਹੀਂ, ਮੈਂ ਸ਼ਾਇਦ ਨਾ ਉਸ ਗੱਲ ਨੂੰ ਜਾਣਦਾ ਹੋਵਾਂ, ਜ਼ਰੂਰੀ ਨਹੀਂ ਹੈਗਾ ਮੈਂ ਸਭ ਕੁਛ ਜਾਣਦਾ, ਅਤੇ ਮੈਂ ਸਿਰਫ ਨਾ ਜਾਣਦਾ ਹੋਵਾਂ ਅਤੇ ਨਾ ਮੈਂ ਕਿਤੇ ਪੜ੍ਹੀ ਗਈ ਸੀ ਗੱਲ ਕਿ ਪੁਲਿਸ ਕੋਲ ਅਧਿਕਾਰ ਹੈਗਾ ਕਿਸੇ ਨੂੰ ਭਗੌੜਾ ਕਰਾਰ ਦੇਣ ਦਾ, ਕਿਉਂਕਿ ਪੁਲਿਸ ਤਾਂ ਇੱਕ ਅਮਨ ਕਾਨੂੰਨ ਦੀ ਸਥਿਤੀ ਨੂੰ ਸਹੀ ਕਰਨ ਵਾਸਤੇ ਇੱਕ ਏਜੰਸੀ ਹੈਗੀ ਆ ਜੀ, ਪੁਲਿਸ ਉਹ ਕੰਮ ਕਰਦੀ ਆ, ਕੋਰਟ ਨੇ ਕਰਨਾ ਹੁੰਦਾ ਸਾਰਾ ਫੈਸਲਾ, ਕੋਰਟ ਕੋਲੇ ਪੁਲਿਸ ਜਾ ਕੇ ਪੇਸ਼ ਕਰਦੀ ਆ, ਤੇ ਪੁਲਿਸ ਖੁਦ ਕੁਛ ਨਹੀਂ ਕਰ ਸਕਦੀ, ਪੁਲਿਸ ਵੀ ਪੱਤਰਕਾਰ ਵਰਗੀ ਹੁੰਦੀ ਆ ਚਾਵਲਾ ਸਾਹਿਬ, ਜਿਵੇਂ ਪੱਤਰਕਾਰ ਖਬਰ ਲਾ ਦਿੰਦਾ ਪਰ ਉਹਦੇ ਕੋਲ ਇਹ ਅਧਿਕਾਰ ਨਹੀਂ ਕਿਸੇ ਬੰਦੇ ਦੇ ਖਿਲਾਫ ਹੁਕਮ ਸੁਣਾ ਦੇਵੇ। ਅੱਛਾ, ਆਖਰੀ ਕੁਐਸਚਨ ਆ, ਭਗਵੰਤ ਮਾਨ ਉਹਨਾਂ ਦੇ ਬਿਆਨ ਕਾਫੀ ਸੋਸ਼ਲ ਨੈਟਵਰਕ ਮੀਡੀਆ ਤੇ ਤਸਵੀਰ ਪਾ ਕੇ ਉਹਨਾਂ ਵੱਲੋਂ ਜਿਹੜੀ ਸਪੀਚ ਕੀਤੀ ਗਈ ਉਹਦੇ ਮੁਤਾਬਕ ਨੇ ਕਿ ਧਰਮ ਦੀ ਦੁਕਾਨ ਚਲਾਉਣ ਵਾਲਿਆਂ ਨੂੰ ਪੰਜਾਬ ਦੇ CM ਮੁੱਖ ਮੰਤਰੀ ਭਗਵੰਤ ਮਾਨ ਦੀ ਚੇਤਾਵਨੀ, ਕੀ ਕਹਿਣਾ ਚਾਹੋਗੇ? ਬੜਾ ਵੱਡਾ ਬਿਆਨ ਹੈ ਚਾਵਲਾ ਸਾਹਿਬ ਇਹ, ਧਰਮ ਦੀ ਕਿਆ ਕਮਾਲ ਕੀਤੀ ਇਹਨੇ ਆਪਣਾ ਭਗਵੰਤ ਮਾਨ ਨੇ। ਇਹ ਅਸਲ ਵਿੱਚ ਨਾ ਚਾਵਲਾ ਸਾਹਿਬ, ਇਹ ਵੈਸੇ ਨਾਂ ਨਹੀਂ ਲੈ ਰਹੇ ਭਗਵੰਤ ਮਾਨ ਸਾਹਿਬ ਕਿਸੇ ਦਾ ਜੀ, ਨਾਂ ਲੈਣ ਬਹੁਤ ਸਾਰੇ ਲੋਕ ਦੁਕਾਨ ਚਲਾ ਰਹੇ ਧਰਮ ਦੀ, ਬਹੁਤ ਸਾਰੇ ਲੋਕ ਧਰਮ ਤੇ ਬਿਜ਼ਨਸ ਕਰਦੇ ਆ, ਬਹੁਤ ਲੋਕ, ਤੇ ਉਹ ਧਰਮ ਦੇ ਬਿਜ਼ਨਸ ਅਜਿਹਾ ਕਰਦੇ, ਉਹ ਹਿੰਦੂ ਵੀ ਹੈਗੇ ਨੇ, ਈਸਾਈ ਵੀ ਹੈਗੇ ਨੇ, ਸਿੱਖ ਵੀ ਹੈਗੇ ਨੇ, ਤੇ ਮੁਸਲਮਾਨ ਵੀ ਹੈਗੇ ਨੇ, ਸਾਰੇ ਧਰਮ ਦੁਕਾਨਾਂ ਚਲਾਉਣ ਲੱਗੇ ਹੋਏ ਨੇ ਆਪਣੇ ਧਰਮ ਦੇ, ਤੇ ਉਹ ਧਰਮ ਦੁਕਾਨ ਚਲਾਉਂਦੇ ਹੁੰਦੇ ਦੂਜੇ ਧਰਮਾਂ ਦੇ ਖਿਲਾਫ ਵੀ ਬੋਲਦੇ ਨੇ, ਇਹ ਵੀ ਕੋਈ ਆਪਣਾ ਮੋਲੀ ਗੱਲ ਨਹੀਂ ਹੈਗੀ। ਤੇ ਉਸ ਨੇ ਇਹ ਗੱਲ ਆਖੀ ਆ ਕਿ ਧਰਮ ਦੀਆਂ ਦੁਕਾਨਾਂ ਚਲਾਉਣ ਵਾਲੇ ਲੋਕ ਸੁਚੇਤ ਹੋ ਜਾਣ, ਇਹੋ ਜਿਹੀ ਕਾਰਵਾਈ ਨਾ ਕਰਨ ਜਿਹੜੀ ਕਾਰਵਾਈ ਸੂਬੇ ਨੂੰ ਸੰਕਟ ਚ ਪਾਉਂਦੀ ਹੋਵੇ, ਜੋ ਕਰਨਗੇ ਇਹੋ ਜਿਹੀ ਕਾਰਵਾਈ ਤਾਂ ਉਹਨਾਂ ਦੇ ਖਿਲਾਫ਼ ਕਾਰਵਾਈ ਸਾਡੀ ਹੋਣੀ ਆ, ਅਸੀਂ ਪੁਲਿਸ ਜਿਹੜੀ ਪੰਜਾਬ ਸਰਕਾਰ ਉਹਨਾਂ ਦੇ ਖਿਲਾਫ਼ ਕਾਰਵਾਈ ਕਰੇਗੀ। ਬੜਾ ਵੱਡਾ ਬਿਆਨ ਆ, ਤਰਾਜੂ ਬਰਾਬਰ ਤੋਲਣਾ ਚਾਹੀਦਾ, ਬਿਲਕੁਲ ਪਾਸਕੂ ਬਰਾਬਰ। ਘੋੜਾ ਸੱਚ ਹੈ ਕਿ ਦਰਿਆਈ ਪਾਣੀ ਲਈ ਫੇਰ ਤਰੀਕ ਸੀਗੀ ਤੇ ਸਕਿਆ ਮੁੱਦਾ ਨੀ ਲਮਕਿਆ ਮੁੱਕ ਬੇਲੀ, ਲਫ਼ਜ਼ ਵੇਖੋ ਕਿੱਥੋਂ ਸ਼ੁਰੂ ਕਰਦਾ ਤੀਸ ਮਾਰ ਖਾਂ। ਦਰਿਆਈ ਪਾਣੀ ਲਈ ਫੇਰ ਤਰੀਕ ਸੀਗੀ ਤੇ ਸਕਿਆ ਮੁੱਦਾ ਨੀ ਲਮਕਿਆ ਮੁੱਕ ਬੇਲੀ, ਤੇ ਹਟਣਾ ਸਿੱਖਿਆ ਨੀ ਪਿਛੇ ਪੰਜਾਬੀਆਂ ਨੇ, ਗੱਡ ਲਈ ਲੱਤ ਤਿਹੋ ਨਹੀਂ ਚੱਚਾ ਚੁੱਕ ਬੇਲੀ, ਹਰਿਆਣੇ ਅੰਦਰ ਵੀ ਪਾਣੀ ਹੈ ਵੋਟ ਮੁੱਦਾ, ਤੇ ਸਾਰਿਆਂ ਰੰਗਾਂ ਦੇ ਲੀਡਰ ਰਹਿ ਬੁੱਕ ਬੇਲੀ, ਹੋ ਗਏ 60 ਕੁ ਸਾਲ ਯਾਰੋ ਇੰਜ ਲੜਦਿਆਂ ਨੂੰ, ਤੇ ਚੱਲਿਆ ਪਾਣੀ ਦਰਿਆਵਾਂ ਦਾ ਸੱਸਾ ਸੁੱਕ ਬੇਲੀ, ਉਹ ਜਿਹੜਾ ਆਗੂ ਖਿਸਕਾਊ ਕੁਝ ਕਦਮ ਪਿੱਛੇ ਤੇ ਲੋਕੀ ਨਿਕਲ ਨਹੀਂ ਦੇਣਗੇ ਬਾਬਾ ਬਾਹਰ ਬੇਲੀ, ਮੁਸ਼ਕਲ ਵਸਣਾ ਪੰਜਾਬ ਵਿੱਚ ਹੋਊ ਉਹਨੂੰ, ਤੇ ਲੱਭਣੀ ਪਊ ਕੋਈ ਬਾਹਰਲੀ ਠਾਰ ਬੇਲੀ, ਠਾਰ ਬੇਲੀ। ਇਹਦੇ ਨਾਲ ਹੀ ਆਗਿਆ ਲੈਂਦੇ ਹਾਂ, ਸ਼ਾਮ ਨੂੰ ਮਿਲਦੇ ਹਾਂ ਕਿਤੇ ਸਾਹਿਬ, ਸਤਿ ਸ੍ਰੀ ਅਕਾਲ।
ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।